ਦੇਖੋ ਇੱਕ ਇੱਕ ਹੁੰਦਾ ਵਾ ਟੀਵੀ 'ਤੇ ਕਹਿਣਾ ਕਿ ਮੈਂ ਲੰਮਾ ਪੈ ਜੂੰਗਾ, ਮੈਂ ਪੈਰੀਂ ਪੈ ਜੂੰਗਾ, ਇੱਕ ਹੁੰਦਾ ਵਾ ਅਸਲ ਵਿੱਚ ਪੰਜਾਬ ਦੇ ਹਿੱਤ ਵਿੱਚ ਯਤਨ ਕਰਨਾ। ਅਰਵਿੰਦ ਕੇਜਰੀਵਾਲ ਆਏ ਤਾਂ ਹੈਗੇ ਸੁਨਾਮ, ਅਮਨ ਅਰੋੜਾ ਜੀ ਕਹਿੰਦੇ ਸੀ ਸੁਲਾਹ ਕਰ ਲਈ, ਸਾਡੇ ਘਰ ਵੀ ਚੱਲ ਕੇ ਆਏ, ਅਤੇ ਜਿੱਦਣ ਉਹਨਾਂ ਨੂੰ ਕਨਵੀਨਰ ਨੈਸ਼ਨਲ ਆਏ ਉਹਨਾਂ ਦੇ ਘਰ, ਸੁਨਾਮ ਸਾਨੂੰ ਸੱਦਿਆ ਵੀ ਨਹੀਂ ਕਿਸੇ ਨੂੰ। ਇਹ ਕਿੱਦਾਂ ਦੀ ਸੁਲਾਹ ਹੁੰਦੀ, ਕਿੱਦਾਂ ਦਾ ਪਰਿਵਾਰ ਆ? ਅਸੀਂ ਭੋਗ ਦੇ ਪਿੱਛੇ ਬੈਠੇ ਸੀ, ਬੰਦਾ ਕਹਿ ਹੀ ਦਿੰਦਾ ਕਿ ਆਓ ਜੀ ਸਾਡੇ ਨਾਲ ਮੂਹਰੇ ਬੈਠੋ, ਆਣ ਕੇ ਇੱਥੇ ਆਪਾਂ ਦੁੱਖ ਸੁੱਖ 'ਤੇ ਇਕੱਠੇ ਹਾਂ ਸਾਰੇ। ਸੋ ਕੁਛ ਗੱਲਾਂ ਕਹਿਣ ਵਾਸਤੇ ਹੁੰਦੀਆਂ ਪਬਲਿਕ ਡਾਈਜੈਸ਼ਨ ਲਈ ਥਰੂ ਦਿਸ ਕੈਮਰਾ। ਆਈ ਬਿਲੀਵ ਦੈਟ ਯੂਨਿਟੀ ਜਿਹੜੀ ਆ ਉਹ ਅਵਸ਼ ਹੋਊਗੀ, ਅਸੀਂ ਕਿਸੇ ਗੱਲ ਤੋਂ ਭੱਜਦੇ ਨਹੀਂ। ਪਰ ਜਿਹੜੇ ਬਠਿੰਡੇ ਅਸੀਂ 2 ਅਗਸਤ ਨੂੰ ਮਤੇ ਪਾਸ ਕਰਤੇ ਨੇ 6, ਉਹ ਸਾਡਾ ਆਧਾਰ ਆ। ਮੈਂ 50,000 ਆਦਮੀ ਨੂੰ ਇਕੱਠੇ ਕਰਕੇ ਅਸੀਂ ਪੰਜਾਬਦਿਆਂ ਨੂੰ ਅਤੇ ਮੁੜ ਕੇ ਉਹਨਾਂ ਨੂੰ ਪਿੱਠ ਦਿਖਾ ਕੇ ਭੱਜ ਦਈਏ, ਇਹ ਸਾਡਾ ਕੰਮ ਨਹੀਂ। ਨਾ ਕੋਈ ਅਹੁਦੇ ਦੀ ਲੜਾਈ, ਨਾ ਕੋਈ ਪ੍ਰਧਾਨਗੀ ਦੀ ਲੜਾਈ ਆ। ਜੋ ਪੰਜਾਬ ਦੇ ਲੋਕਾਂ ਨੇ ਸਾਨੂੰ ਇੱਕ ਭਰੋਸਾ ਜਿਤਾਇਆ ਵਾ, ਲੜਾਈ ਉਸ ਦੀ, ਪੰਜਾਬ ਪੰਜਾਬੀਆਂ ਦੇ ਹੱਥ ਵਿੱਚ ਆਉਣਾ ਚਾਹੀਦਾ ਅਤੇ ਪੰਜਾਬੀਆਂ ਨੂੰ ਅਧਿਕਾਰ ਹੋਣਾ ਚਾਹੀਦਾ ਕਿ ਇੱਥੇ ਪੰਜਾਬ ਦੀ ਧਰਤੀ 'ਤੇ ਅਸੀਂ ਆਪਣੀ ਤਕਦੀਰ ਦੇ, ਆਪਣੇ ਭਵਿੱਖ ਦੇ ਫੈਸਲੇ ਆਪ ਕਰੀਏ। ਨਹੀਂ ਤਾਂ ਪੰਜਾਬ ਇਹੀ ਹੋਊਗਾ ਜੋ ਆਹ ਡਰੇਨ ਦਿਖਾ ਰਹੀ ਆ, ਜੋ ਆਤਮਹੱਤਿਆ ਦਿਖਾ ਰਹੀਆਂ, ਜੋ ਨਸ਼ੇ ਦਿਖਾ ਰਹੇ ਨੇ, ਜੋ ਕਰਪਸ਼ਨ ਹੈ ਪੰਜਾਬ ਦੇ ਵਿੱਚ। ਇਹ ਸਾਰੀ ਇਸ ਲਈ ਦੇਣ ਆ ਬਿਕੋਜ਼ ਵੀ ਆਰ ਬੀਂਗ ਰਨ ਔਨ ਰਿਮੋਟ ਕੰਟਰੋਲ, ਵੀ ਆਰ ਰਨ ਬਾਏ ਲੀਡਰਸ ਹੂ ਆਰ ਐਬਸੋਲੂਟਲੀ ਪਾਵਰ ਹੰਗਰੀ ਐਂਡ ਕਰਪਟ।